ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ YouTube ਚੈਨਲ ਵਨ ਸਪੋਟ ਤੇ ਅੱਜ ਆਪਾਂ ਦੋ ਆਈਫੋਨ ਜਿਹੜੇ ਹੈਗੇ ਆ ਕੇਸ ਕਵਰ ਆ ਉਹਨਾਂ ਦੀ ਅਨਬਾਕਸਿੰਗ ਕਰ ਰਹੇ ਹਾਂ ਜੀ ਇਹ ਜਿਹੜੇ ਹੈਗੇ ਆ ਕੇਸ ਕਵਰ ਹੈ ਕੇਸ ਗੀਅਰ ਕੰਪਨੀ ਤੋਂ ਮੈਂ ਔਨਲਾਈਨ ਮੰਗਵਾਇਆ ਜੀ ਅੱਜ ਦੇਖਦੇ ਹਾਂ ਇਹਨਾਂ ਦੀ ਫਿਨਿਸ਼ਿੰਗ ਇਹਨਾਂ ਦਾ ਜਿਹੜਾ ਹੈਗਾ ਮਟੀਰੀਅਲ ਉਹ ਕਿਸ ਤਰ੍ਹਾਂ ਦਾ ਹੈ ਔਰ ਕੇਸ ਦੀ ਜਿਹੜੀ ਹੈਗੀ ਆ ਕੁਆਲਿਟੀ ਕਿਸ ਤਰ੍ਹਾਂ ਦੀ ਆ ਉਹ ਚੈੱਕ ਕਰਾਂਗੇ ਜੀ ਇਹ ਪਹਿਲਾ ਕੇਸ ਹੈ ਜਿਹੜਾ ਜੀ ਕੇਸ ਕੀਰ ਦਾ ਇਹ ਆਈਫੋਨ 13 ਲਈ ਮੈਂ ਮੰਗਵਾਇਆ ਸੀ ਜਿਹੜਾ ਕਿ ਮੈਰੀ ਗੋਲਡ orange ਕਲਰ ਦੇ ਵਿੱਚ ਹੈ ਜੀ ਸਿਲੀਕੋਨ ਫਿਟ ਕੇਸ ਹੈ ਆਈਫੋਨ 13 ਲਈ ਜਿਹਦੀ ਜਿਹੜੀ ਕੰਪਨੀ ਨੇ ਪੈਕਿੰਗ ਕਾਫੀ ਅੱਛੀ ਕੀਤੀ ਹੋਈ ਹੈ ਜੀ ਔਰ ਜਿਹੜੀ ਇਹਨਾਂ ਦੀ ਡਿਲੀਵਰੀ ਵੀ ਆ ਠੀਕ ਹੈ ਜੋ ਇਹਨਾਂ ਨੇ ਮੈਨੂੰ ਟਾਈਮਿੰਗ ਦਿੱਤੀ ਸੀ ਉਸ ਟਾਈਮ ਤੇ ਜਿਹੜਾ ਹੈਗੇ ਮੈਨੂੰ ਪ੍ਰੋਡਕਟ ਰੀਵਰ ਹੋ ਗਿਆ ਜੀ ਇਹ ਹੈ ਜੀ ਆਈਫੋਨ 13 ਲਈ ਮੈਰੀ ਗੋਲਡ orange ਕਲਰ ਹੀ ਤੇ ਇਸ ਤੋਂ ਬਾਅਦ ਜਿਹੜਾ ਹੈਗਾ ਆਪਾਂ iPhone 14 ਲਈ ਇੱਕ ਮੈਂ ਜਿਹੜਾ ਹੈਗਾ ਹਾਈਬ੍ਰਿਡ ਕੇਸ ਹੈ ਜਿਹੜਾ ਉਹ ਮੰਗਵਾਇਆ ਸੀ ਉਸ ਤੋਂ ਬਾਅਦ ਉਸ ਦੀ ਵੀ ਆਪਾਂ ਬਾਕਸਿੰਗ ਕਰ ਦੇਵਾਂਗੇ ਵਧੀਆ ਟੰਗ ਨਾਲ ਇਹਨਾਂ ਨੇ ਜਿਹੜੀ ਹੈਗੀ ਪੈਕਿੰਗ ਕਰਕੇ ਭੇਜੀ ਹੈ ਪੈਕਿੰਗ ਕਾਫੀ ਅੱਛੀ ਹੈ ਪੋਲੀਥਿਨ ਬਬਲਸ ਪੋਲੀਥਿਨ ਵੀ ਦਿੱਤੇ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਹੈਗੀ ਉਹ ਟੁੱਟ ਪਜਣਾ ਹੋ ਸਕੇ ਇਹ ਇਹ ਡੇੜਾ ਕਲਰ ਹੈ ਜੀ ਇਹ ਆਈਫੋਨ 13 ਦੇ ਲਈ ਮੈਂ ਮੰਗਵਾਇਆ ਹੀ ਮੈਰੀ ਗੋਲਡ orange ਕਲਰ ਹੀ ਨੈਕਸਟ ਹੈਗਾ ਜਿਹੜਾ ਇਹ ਹੈਗਾ ਕੇਸ ਇਹ ਆਈਫੋਨ 14 ਦੇ ਲਈ ਜਿਹੜਾ ਹੈਗਾ ਮੈਂ ਪਰਚੇਸ ਕੀਤਾ ਜੀ ਅ ਇਹ ਜਿਹੜਾ ਹੈਗਾ ਹਾਈਬ੍ਰਿਡ ਕੇਸ ਹੈ ਜੀ ਔਰ ਵਿਦ ਮੈਗਾ ਸੇਫ ਹੈ ਜੀ ਅਗਰ ਤੁਸੀਂ ਕਿਸੇ ਤਰ੍ਹਾਂ ਦਾ ਵਾਇਰਲੈਸ ਚਾਰਜਰ ਹੈ ਜਿਹੜਾ ਉਹ ਯੂਜ਼ ਕਰਦੇ ਹੋ ਤਾਂ ਉਸ ਦੇ ਲਈ ਇਹ ਜਿਹੜਾ ਹੈਗਾ ਕੇਸ ਹੈ ਕਾਫੀ ਅੱਛਾ ਰਹਿਣ ਵਾਲਾ ਹੈ ਕਿਉਂਕਿ ਇਹ ਮੈਗਾ ਸੇਫ ਦੇ ਨਾਲ ਜਿਹੜਾ ਹੈਗਾ ਉਹ ਆ ਕਨੈਕਟ ਹੋ ਕੇ ਆ ਉਹਦੇ ਤੋਂ 슬ਿੱਪ ਨਹੀਂ ਕਰਦਾ ਜੀ ਉਹਦੇ ਨਾਲ ਚੰਗੀ ਤਰ੍ਹਾਂ ਤੁਹਾਨੂੰ ਪਤਾ ਕਿ ਮੈਗਾ ਸੇਫ ਕੀ ਹੁੰਦਾ ਜੋ ਵੀ ਆ ਆਈਫੋਨ ਯੂਜ਼ਰ ਹੈਗੇ ਨੇ ਉਹਨਾਂ ਨੂੰ ਇਸ ਬਾਰੇ ਅੱਛੀ ਤਰ੍ਹਾਂ ਨਾਲ ਜਾਣਕਾਰੀ ਆਈ ਤੇ ਇਹ ਜਿਹੜੇ ਕੇਸ ਹੈ ਜੀ ਕਾਫੀ ਅੱਛੀ ਇਹਨਾਂ ਦੀ ਮੈਨੂੰ ਕੁਆਲਿਟੀ ਲੱਗੀ ਨਾ ਹੀ ਆਪਾਂ ਬਹੁਤ ਜ਼ਿਆਦਾ ਵਧੀਆ ਕਹਿ ਸਕਦੇ ਤੇ ਨਾ ਹੀ ਮਾੜੀ ਕਹਿ ਸਕਦੇ ਆ ਰੀਸੈਂਟ ਕੁਆਲਿਟੀ ਹੈ ਜੀ ਇਹਨਾਂ ਦੀ ਤੇ ਇਹ ਜਿਹੜੇ ਤੁਹਾਡੇ ਸਾਹਮਣੇ ਆ ਦੋਨੋਂ ਕੇਸ ਹੈ ਜੀ ਆਈਫੋਨ 13 ਲਈ ਔਰ ਆਈਫੋਨ 14 ਲਈ ਜੇ ਤੁਸੀਂ ਪਰਚੇਸ ਕਰਨਾ ਚਾਹੁੰਦੇ ਤੇ ਇਹਨਾਂ ਦੀ ਸਾਈਟ ਤੇ ਜਾ ਕੇ ਤੁਸੀਂ ਇਹ ਪਰਚੇਸ ਕਰ ਸਕਦੇ ਹੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ